ਪੀਕੇ ਕਲਚਰਲ ਗਰੁੱਪ, ਪੀਕੇ ਕਲਚਰਲ ਗਰੁੱਪ ਨੇ ਸਾਰੇ ਛੋਟਾ ਭਾਈ ਆ ਤਾਰਕ ਬੱਡਲ ਜੋ ਕਿ ਚੌਧਰੀ ਮਕਸੂਦ ਆ ਕੋਠੀ ਜੋ ਕਿ ਹਫੀਜ਼ ਚੌਧਰੀ ਜਰਮਨੀ, ਬਾਕੀ ਜਿਤਨੇ ਵੀ ਆ ਬਾਬੇ ਸਾਡੇ ਬਰਾਦਰ ਚੌਧਰੀ ਅਮੀਨ ਸਾਹਿਬ ਏ ਬ੍ਰੈਡਫੋਰਡ ਯੂਕੇ, ਬਾਕੀ ਅਹਿਬਾਬ ਜਿਤਨੇ ਵੀ ਏ ਉਹਨਾਂ ਨੇ ਮੁਹੱਬਤ ਸਾਹਿਬ ਨਾਲ ਹੈ। ਮੈਂ ਇੱਕ ਮਸਲਾ ਵੀ ਬਿਆਨ ਦੱਸਾਂ ਤਾਂ ਨਾ ਕੀ ਪੜ ਸਕਾਂ ਤਾਂ ਕਿ ਜ਼ੂ ਮੈਂ ਨਹੀਂ ਗੱਲ ਵੈ ਮਫਹੂਮ ਉਸਰਾ ਇਹ ਆ ਕਿ ਕਦਾ ਕਦਾ ਬਹਿਸ ਸ਼ੁਰੂ ਹੋਈ ਜਾਣੀ ਕਿ ਹਜ਼ੂਰ ਨੂਰ ਕੇ ਬਸ਼ਰ ਇਹ ਬਹਿਸ ਅੱਜ ਪਈ ਜਾਂਦੀ ਅਤੇ ਮੈਂ ਆਉਣਾ ਵਾ ਜਿੱਥੇ ਨੂਰੀ ਫਰਿਸ਼ਤਿਆਂ ਨੇ ਸਰਦਾਰ ਬ੍ਰੇਕ ਮਾਰੀ ਗਏ ਤਾਂ ਸਰਕਾਰ ਦੀ ਇਬਤਦਾ ਸ਼ੁਰੂ ਹੋਈ। ਤੁਸਾਂ ਸਰਕਾਰ ਕੀ ਕਿਹਾ ਅਕਸੋ ਜਿੱਥੇ ਜਬਰੀਲ ਰੁਕ ਗਏ ਜਿੱਥੋਂ ਸਰਕਾਰ ਦੀ ਇਬਤਦਾ ਸ਼ੁਰੂ ਹੋਈ। ਇਹ ਅਸਾਂ ਤਾਂ ਤੁਸਾਂ ਨੇ ਸਮਝਿਆ ਦੀ ਗੱਲ ਨਹੀਂ, ਸਦਫ ਰੱਬੇ ਗਫੂਰ ਦੀ ਜ਼ਾਤ ਬਾਜੂ ਸ਼ਾਨ ਮੇਰੇ ਹਜ਼ੂਰ ਦੀ ਕੌਣ ਜਾਣੇ, ਅੱਲਾ ਜਾਣਾ ਜਾਂ ਉਸਨਾ ਨਬੀ ਜਾਣਨਾ। ਇਹ ਸਾਰੇ ਤਾਂ ਤੁਸਾਂ ਨੇ ਵਸਿਆ ਦੀ ਗੱਲ ਖੇਡ ਨਹੀਂ, ਅਸਾਂ ਦੀ ਖੇਡ ਇਹ ਆ ਕਿ ਸਰਕਾਰ ਨਾਲ ਇਸ਼ਕ ਤੋਂ ਮੁਹੱਬਤ ਕਰਾਂ, ਸਾਡੀ ਖੇਡ ਇਹ ਆ ਦੁਆ ਕਰਾਂ ਅੱਲਾ ਆਪਣੇ ਹਬੀਬ ਨੀ ਸੁੱਚੀ ਤੇ ਸੱਚੀ ਨਿਸਬਤ ਅਸਾਂ ਕੀ ਅਤਾ ਫਰਮਾ, ਬਸ ਸਾਡੀ ਇਤਨੀ ਦੌੜ ਹੈ। ਇਸ ਵਾਸਤੇ ਲਿਖਣ ਵਾਲੇ ਲਿਖਿਆ ਬਹੁਤਾ ਮਿਲਿਆ ਤੇ ਕਿਸੇ ਨੂੰ ਤੂਰ ਮਿਲਿਆ, ਕਿਸੇ ਤਾਈਂ ਚੌਥਾ ਆਸਮਾਨ ਮਿਲਿਆ, ਮੇਰੇ ਆਕਾ ਨੂੰ ਰਾਤ ਮਹਾਰਾਜ ਵਾਲੀ ਮੁਲਾਕਾਤ ਦਾ ਦਿਲ ਨਾ ਮਕਾਨ ਮਿਲਿਆ। ਹਰ ਇੱਕ ਗੱਲ ਵਿੱਚ ਉਹਦੀ ਗੱਲ ਲੱਭੀ, ਹਰ ਬਿਆਨ ਵਿੱਚ ਉਹਦਾ ਬਿਆਨ ਮਿਲਿਆ, ਸਭ ਨਾਮ ਬਤਾਵਨ ਸਦਫ ਦੀ ਨਬੀ ਆਏ ਪਰ ਸਾਨੂੰ ਨਬੀਆਂ ਦਾ ਨਬੀ ਸੁਲਤਾਨ ਮਿਲਿਆ। ਬੰਦਿਆ ਹਜ਼ੂਰ ਦਾ ਜਵਾਬ ਨਹੀਂ ਜਵਾਬ ਦੂਸਰਾ ਜਵਾਬ ਲੈਣ, ਕਿਉਂਕਿ ਹਜ਼ੂਰ ਦਾ ਜਵਾਬ ਨਹੀਂ ਜਵਾਬ ਲੈਣ, ਲਾ ਜਵਾਬ ਨੂੰ ਤੂੰ ਲਾ ਜਵਾਬ ਲੈਣ, ਹਜ਼ੂਰ ਦਾ ਜਵਾਬ ਨਹੀਂ ਜਵਾਬ। ਜਦੋਂ ਦਾ ਇਹ ਪੜੀ
ਜਗ੍ਹਾ ਨਹੀਂ। ਪਸੀਨਾ ਮੁਬਾਰਕ ਆਪਣੀਆਂ ਸ਼ੀਸ਼ੀਆਂ ਵਿੱਚ ਬੰਦ ਕਰਨੇ ਸੀ, ਜਿਸ ਤਰ੍ਹਾਂ ਬੇਟੀਆਂ ਦੀ ਅਲਵਿਦਾ ਕਰਸਾ ਤਾਂ ਫਜ਼ਾ ਮੁਅੱਤਲ ਕਰਸਾ। ਦੁਬਾਰਾ ਲਫ਼ਜ਼ ਮੈਂ ਪੜ੍ਹਸਾਂ, ਉਧਰ ਇਹ ਹੈ ਕਿ ਖਜ਼ੀਨਿਆਂ ਦੀ ਗੱਲ ਨਾ ਨਗੀਨੇ ਦੀ ਗੱਲ ਕਰ, ਕਬਲਿਆ ਹਜ਼ੂਰ ਦੇ ਮਦੀਨੇ ਦੀ ਗੱਲ ਕਰ। ਪੀਲਾ ਜੀ ਕਿਹੜੀ ਗੱਲ ਆ ਗਈ? ਬਿਸਮਿਲਾ
ਹਜ਼ੂਰ ਦੇ।